वाहेगुरु जी का खालसा वाहेगुरु जी की फतेह। असी US मीडिया कनेडा वालों अज 213 का नगर कीर्तन जिहड़ा कि ब्रैम्पटन के अंदर कनेडा गुरु नानक मिशन सेंटर गुरद्वारा साहब वालों ये तीसरा नगर कीर्तन है जिहड़ा कि साल जून 1984 के उपर जिहड़ा कि सिख नेशन के उपर हिंदुस्तान वालों एक अटैक सी जिसनों उन्होंने नाम दिता है ब्लू स्टार का। उन्हां महान शहीदों नूं समर्पित यह नगर कीर्तन जिहड़ा 3 साल तो कढ़िया जा रहा और हर साल जिहड़ी विच गिणती जिहड़ी वधदी जा रही है और अज असीं इस नगर कीर्तन नूं वीडियो विच प्रोग्राम लई इत्थे इकट्ठे होए हां। तो नगर कीर्तन स्टार्ट होण तो पहलां ही संगत दे विच जिहड़ा उत्साह है जिस तरह उन्हां नूं अपने शहीदों के नाल और अपने उस धरती के नाल अपने विरसे दे नाल अपनी कौम दे नाल जां अज उन्हां दे मन दे अंदर फिर जून 84 जिहड़ा 29 साल पहला बीतिया वो तो बाद वो अपने घर के लिए अपने खालिस्तान के उस कायमी के लिए उन्होंने दिमाग दे जो उन्होंने क्वेश्चन चलते हैं असी संगत दे विचों कुछ लोग उन्होंने गलबात करने की कोशिश करा। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜੂਨ 84 ਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਬ੍ਰੈਂਪਟਨ ਦੇ ਵਿੱਚ 3 ਸਾਲ ਤੋਂ ਨਿਕਲਣਾ ਸਟਾਰਟ ਹੋਇਆ ਤੁਸੀਂ ਆਮ ਸੰਗਤ ਦੇ ਤੌਰ 'ਤੇ ਇੱਥੇ ਇਕੱਠੇ ਹੋਏ ਹਾਂ ਤੁਸੀਂ ਇਸ ਨਗਰ ਕੀਰਤਨ ਔਰ ਜੂਨ 84 ਦੇ ਵਿੱਚ ਜੋ ਸਾਡੇ ਦੇ ਉੱਪਰ ਅਟੈਕ ਹਿੰਦੁਸਤਾਨ ਵੱਲੋਂ ਕੀਤਾ ਗਿਆ ਔਰ ਸਿੱਖਾਂ ਦੇ ਅੰਦਰ ਅੱਜ ਕਿਸ ਤਰ੍ਹਾਂ ਇਸ ਨੂੰ ਸੋਚਿਆ ਜਾ ਰਿਹਾ ਔਰ ਅਸੀਂ ਆਪਣੇ ਦੇਸ਼ ਆਪਣੇ ਖਾਲਿਸਤਾਨ ਦੇ ਬਾਰੇ ਤੁਹਾਡੇ ਮਨ ਦੇ ਅੰਦਰ ਕੀ ਵਿਚਾਰ ਨੇ ਉਹ ਜ਼ਰੂਰ ਆਪਣੇ ਪ੍ਰਗਟ ਕਰੋ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੋ 1984 ਦੇ ਵਿੱਚ ਹੋਇਆ ਉਹ ਅਸੀਂ ਕਦੇ ਭੁਲਾ ਨਹੀਂ ਸਕਦੇ। ਜਦੋਂ ਜੂਨ ਦਾ ਮਹੀਨਾ ਚੜ੍ਹਦਾ ਸਾਨੂੰ ਮਤਲਬ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਸਾਨੂੰ ਯਾਦ ਆਉਂਦਾ। ਇੱਦਾਂ ਹੀ ਆ ਜੂਨ ਦਾ ਮਹੀਨਾ ਜਦੋਂ ਸ਼ੁਰੂ ਹੁੰਦਾ ਉਹ ਸਾਨੂੰ ਦਿਨ ਯਾਦ ਆਉਂਦੇ ਆ ਜਿਹੜੇ ਸਾਡੇ 'ਤੇ ਕਾਲੇ ਦਿਨ ਆਏ ਸੀ। ਸਾਡੀ ਹਕੂਮਤ ਨੇ ਹਿੰਦੁਸਤਾਨ ਨੇ ਸਾਡੇ ਉੱਤੇ ਅਟੈਕ ਕੀਤਾ ਸੀ ਜਿਹੜੀ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। 1947 ਤੋਂ ਪਹਿਲਾਂ ਅਸੀਂ ਆਜ਼ਾਦ ਸੀ, ਉਦੋਂ ਬਾਅਦ ਅਸੀਂ ਹੁਣ ਗੁਲਾਮ ਹਾਂ ਕਿਉਂਕਿ ਪੰਜਾਬ ਇਸ ਟਾਈਮ ਗੁਲਾਮ ਆ। ਅਸੀਂ ਉਸ ਪੰਜਾਬ ਦੀ ਮੰਗ ਕਰਦੇ ਹਾਂ ਜੋ 1947 ਤੋਂ ਪਹਿਲਾਂ ਆਜ਼ਾਦ ਪੰਜਾਬ ਸੀ। ਸਾਡੀ ਹਕੂਮਤ ਨੇ ਸ਼ਰੇਆਮ ਸਾਡੇ 'ਤੇ ਅਟੈਕ ਕੀਤਾ, ਸਾਡੇ ਗੁਰਦੁਆਰਾ ਸਾਹਿਬ ਢਾਏ, ਜੇ ਕਿ ਸਾਨੂੰ ਬਹੁਤ ਗੁੱਸਾ ਸਾਡੇ ਦਿਲਾਂ ਦੇ ਵਿੱਚ ਉਹ ਅੱਗ ਮੱਚੀ ਹੋਈ ਹੈ ਜੋ ਕਿ 1984 ਤੋਂ ਸ਼ੁਰੂਆਤ ਹੋਈ ਹੈ। ਅਸੀਂ ਚਾਹੁੰਦੇ ਹਾਂ ਸਾਡਾ ਆਜ਼ਾਦ ਪੰਜਾਬ ਹੋਵੇ, ਸਾਡਾ ਖਾਲਿਸਤਾਨ, ਸਾਨੂੰ ਸਾਡਾ ਛੱਡ ਦੇਣਾ ਚਾਹੀਦਾ ਇਸ ਹਕੂਮਤ ਨੂੰ। ਅਸੀਂ ਆਪਣੇ ਆਜ਼ਾਦ ਖਾਲਿਸਤਾਨ ਦੀ ਮੰਗ ਕਰਦੇ ਹਾਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਆਈ ਜਿਹੜੀ ਆਮ ਸੰਗਤ ਆ ਉਹਨਾਂ ਦੇ ਦਿਲਾਂ ਦੇ ਅੰਦਰ ਕੌਮ ਦੇ ਲਈ ਕੀ ਹੈ ਔਰ ਜੂਨ 84 ਦੇ ਵਿੱਚ ਜਿਹੜਾ ਅਟੈਕ ਕੀਤਾ ਗਿਆ ਕਿਸ ਤਰ੍ਹਾਂ ਦਾ ਗੁੱਸਾ ਹੈ ਉਸ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਔਰ ਉਹ ਅੱਗੇਲਾ ਉਹਨਾਂ ਦਾ ਫਿਊਚਰ ਆਪਣਾ ਜਿਹੜਾ ਆਪਣਾ ਘਰ ਖਾਲਿਸਤਾਨ ਦੇ ਲਈ ਉਹਨਾਂ ਦੇ ਦਿਮਾਗ ਔਰ ਦਿਲ ਦੇ ਅੰਦਰ ਕੀ ਵਿਚਾਰ ਨੇ ਉਹ ਪੇਸ਼ ਕਰ ਰਹੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਾਡਾ ਖਾਲਿਸਤਾਨ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਸਾਡਾ ਖਾਲਿਸਤਾਨ ਇਹਨਾਂ ਨੇ ਨੱਪਿਆ ਹੋਇਆ ਹੈ। ਅਸੀਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੇ ਹਾਂ, ਅਸੀਂ ਖਾਲਿਸਤਾਨ ਦੀ ਅਸੀਂ ਆਪਣਾ ਸਾਨੂੰ ਚਾਹੀਦਾ ਹੈ। ਇਹਨਾਂ ਨੇ ਨੱਪਿਆ ਹੋਇਆ ਜੋ ਕਿ 1947 ਤੋਂ ਪਹਿਲਾਂ ਖਾਲਿਸਤਾਨ ਸਾਡਾ ਸੀ, ਹੁਣ ਇਹ ਹਕੂਮਤ ਸਰਕਾਰ ਨੇ ਖਾਲਿਸਤਾਨ ਨੂੰ ਨੱਪਿਆ ਹੋਇਆ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਰੇ ਖਾਲਿਸਤਾਨ ਸਾਡਾ ਹੋਵੇ ਅਤੇ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਦੇ ਗੁਜ਼ਾਰੇ ਗੁਜ਼ਰ। ਸਾਡੇ ਸੂਰਬੀਰ ਸ਼ਹੀਦ ਜਿਹੜੇ ਸਾਡੇ ਯੋਧੇ ਨੇ ਜਿਵੇਂ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਦਲਜੀਤ ਸਿੰਘ ਬਿੱਟੂ ਅਤੇ ਹੋਰ ਵੀ ਜਿਵੇਂ ਭੁੱਲਰ ਸਾਹਿਬ, ਦਵਿੰਦਰਪਾਲ ਸਿੰਘ ਭੁੱਲਰ, ਇਹਨਾਂ ਸਾਰਿਆਂ ਨੂੰ ਆਜ਼ਾਦ ਕਰਨਾ ਚਾਹੀਦਾ ਹੈ, ਇਹਨਾਂ ਨੂੰ ਛੱਡ ਦੇਣਾ ਚਾਹੀਦਾ, ਜੇਲ੍ਹਾਂ 'ਚੋਂ ਬਰੀ ਕਰਨਾ ਚਾਹੀਦਾ ਹੈ। ਸਾਡੀ ਇਹ ਮੰਗ ਹੈ ਕਿਉਂਕਿ ਹੁਣ ਸਾਰੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਸਾਡੀ ਸਰਕਾਰ ਬਾਰੇ, ਸਾਡਾ ਕੌਣ ਅਤੇ ਬੇਗਾਨਾ ਕੌਣ ਹੈ। ਕਿਉਂਕਿ ਜੋ ਸਾਨੂੰ ਸਾਡਾ ਕਹਿ ਰਹੇ ਆ ਇਹ ਬਿਲਕੁਲ ਸਾਡੇ 'ਤੇ ਲੱਗ ਸਾਡੇ ਬੇਗਾਨੇ ਨੇ ਅਤੇ ਸਾਡੇ 'ਤੇ ਜ਼ੁਲਮ ਢਾ ਰਹੇ ਆ, ਕਿਉਂਕਿ ਸਾਨੂੰ ਹੁਣ ਇਸ ਚੀਜ਼ ਦੀ ਜਾਣਕਾਰੀ ਹੋ ਚੁੱਕੀ ਹੈ। ਅਸੀਂ ਸਾਰੇ ਜਣੇ ਰਲ ਕੇ ਇਹ ਚੀਜ਼ ਦੀ ਮੰਗ ਕਰਦੇ ਹਾਂ ਕਿ ਸਾਡਾ ਸਾਨੂੰ ਪੰਜਾਬ ਛੱਡ ਦੇਣ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।